दीदी इथे कुर्सी साइड ते कर लो मैं झाड़ू लाना गा। ओफो हले मैं अंदर बैठी सी उदो कहंदी बाहर बह जा, हुण मैं बाहर बैठी हां हुण किथे जावां है ते दस दे। दीदी वेड़े च भी ते झाड़ू लाना ही आ। तू ही कर ला काम, नाले देख मेरे ते सिर्फ 4 क दिन रह गए इथे, फिर चल जाना बगाने करे, नाले फिर इथे सफाई करी चाहे उथे, फिर ते तेरा ही राज चलना। दीदी किवें जे गल्लां करी जांदे हो, मैं कहदा राज करना, हुण तां मैनूं थोड़ा सौ सहारा, सारे घर दे काम तुसीं सांभ लैंदे हो, फिर मैनूं कल्ली नूं करने पिया करनगे, नाले मेरे तां उहीं नहीं जी लगना जदों तुसीं चले गए। चल कोई ना, तू टेंशन ना लै, बहाने सिर मैं गेड़ा मार जा करूँ, नाले तेरे नाल थोड़े बहुत काम कराना जा करूँगी। वो तो कोई ना, बस तुसीं मिलनी आ जा करो, उही बहुत है मेरे लिए, मैनूं पता भी किवें रहूँगी मैं कल्ली। वैसे मेरी भैण मैनूं प्यार तां बहुत करदी आ। होर हुण अच्छा झाड़ू तो बाद की करने वाले मैनू दस दे, मैं कर देनी हूँ तेरे। नहीं नहीं तुसी हुण। अच्छा 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 जी, ओहो चलो जिवें तुहानूं ठीक लगदा जी, मैं तां की कह सकदा आ। ठीक है ठीक है ठीक है जी। की होया डैडी, किन्हां दा फोन सी? ओ दीपी पुत, तू तां बाली भाग वाली है पुत, ओ कहिंदे सी ना पहिलां 15 मार्च दा विआह रख रहे सीगे, ओ हुण कहिंदे पुत बस तां 1 मार्च नूं विआहण वास्ते आवांगे जी। ਡੈਡੀ ਤੁਸੀਂ ਹਾਮੀ ਭਰਤੀ? ਉਹ ਪੁੱਤ ਹਾਮੀ ਨਾ ਭਰਦਾ ਹੋਰ ਕੀ ਕਰਦਾ, ਮੇਰੀ ਸੁਣ ਗੱਲ, ਕਿੰਨੇ ਸਿਆਣੇ ਨੇ ਉਹਦੇ ਪੁੱਤ, ਮੈਂ ਉਹਨਾਂ ਨੂੰ ਕਿਹਾ ਵੀ ਤਾਂ ਚੁੰਨੀ ਚੜਾਵਾ ਕਰਾਂਗੇ, ਇਕੱਠ ਵੱਠ ਜ਼ਿਆਦਾ ਨਹੀਂ ਕਰਨਾ ਹੈਗਾ, ਆਪਣੀ ਹਰ ਗੱਲ ਮੰਨਦੇ ਪੁੱਤ, ਫਿਰ ਮੈਂ ਕਿਵੇਂ ਜਵਾਬ ਦੇ ਦਿੰਦਾ ਪੁੱਤ ਉਹਨਾਂ ਨੂੰ? ਡੈਡੀ ਉਹ ਸਭ ਠੀਕ ਹੈ, ਪਰ ਹਾਲੇ ਤਾਂ ਕੋਈ ਤਿਆਰੀ ਵੀ ਨਹੀਂ ਕੀਤੀ, ਮੈਂ ਤਾਂ ਕੋਈ ਸੂਟ ਵਗੈਰਾ ਵੀ ਨਹੀਂ ਲਿਆ ਹੈਗਾ, ਤੁਸੀਂ ਦੇਖਿਓ ਐਂ ਹਾਂ ਕਰਤੀ, ਕੋਈ ਤਿਆਰੀ ਨਹੀਂ ਹੋਈ। ਦੀਦੀ ਕਿਉਂ ਟੈਨਸ਼ਨ ਲੈਂਦੇ ਹੋ, ਕੱਪੜੇ ਲੀੜੇ ਦੀ ਆ ਉਹ ਆਪਾਂ ਸਾਰੀ ਤਿਆਰੀ ਕਰ ਲਾਂਗੇ, ਬਾਕੀ ਸਾਰੀ ਤਿਆਰੀ ਤਾਂ ਮਾਮਾ ਜੀ ਨੇ ਹੀ ਕਰਨੀਆਂ ਨੇਗੀਆਂ। ਕਿ ਪਾਰਲਰ ਵੀ ਨਹੀਂ ਗਈ ਮੈਂ ਹਾਲੇ। ਕੋਈ ਨਾ ਫਿਕਰ ਨਾ ਕਰੋ, ਸਾਰਾ ਕੁਝ ਹੋ ਜਾਊਗਾ। ਓਏ ਪੁੱਤ ਤੂੰ ਸਰਵੀ ਨਾਲ ਜਾਈ ਜਿੱਥੇ ਜਾਣ ਜਾਓ ਵੀ ਕਰਾਂ, ਸਰਵੀ ਤੂੰ ਨਾਲ ਜਾ ਕੇ ਕਰਾਈ ਸਾਰਾ ਕੁਝ। ਅੱਛਾ ਠੀਕ ਹੈ, ਤੁਸੀਂ ਤਾਂ ਨਾ ਸੱਚੇ ਬਾਲੇ ਕਾਲੇ ਹੋ, ਮੈਨੂੰ ਵੀ ਛੇਤੀ ਵਿਆਹ ਕੇ ਤੋੜ ਦਈਏ। ਲੈ ਦੇਖ ਲਓ ਮਾਮਾ ਜੀ, ਸਾਨੂੰ ਕਾਹਦੀ ਕਾਲੀ ਆ, ਤੇਰੇ ਸੰਜੋਗੀ ਵਾਲੇ ਕਾਲੇ ਨੇ। ਚੱਲ ਕੋਈ ਨਾ ਪੁੱਤ, ਮੈਂ ਸੁਨਾਮ ਸ਼ਹਿਰ ਜਾ ਆਵਾਂ, 800 ਪੈਸੇ ਫੜ ਲਿਆ ਵਾ ਜਾ ਕੇ, ਠੀਕ ਆ? ਜਾਓ ਮਾਮਾ ਜੀ, ਅਸੀਂ ਲਿਸਟ ਬਣਾਉਂਦੇ ਆ ਵੀ ਕੀ ਕੀ ਸਮਾਨ ਲੈ ਕੇ। ਹਾਂ ਹਾਂ ਬਣਾਓ ਤੁਸੀਂ, ਠੀਕ ਆ? ਠੀਕ ਆ ਮਾਮਾ ਜੀ। ਚੱਲ ਦੀਦੀ ਤੁਸੀਂ ਅੰਦਰ ਜਾ ਕੇ ਬਣਾਓ ਲਿਸਟ, ਮੈਂ ਝਾੜੂ ਕੱਢਿਆ ਵਾਂ। ਚੱਲ ਠੀਕ ਹੈ, ਫਿਰ ਆਪਾਂ ਐਂ ਕਰਾਂਗੇ ਬਾਜ਼ਾਰ ਚ ਆਵਾਂਗੇ, ਨਾਲੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ। ਹਾਂ ਹਾਂ ਲੈ ਲਓ ਜਿਹੜਾ ਕੁਝ ਲੈਣਾ। ਤੂੰ ਵੀ ਲੈ ਲਈਆਂ ਆਪਦੇ ਵਾਸਤੇ। ਚੰਗਾ ਚਾਈ ਚੜ ਗਿਆ ਤੁਹਾਨੂੰ ਤਾਂ। ਦੇਖੀ ਇਹ ਵੀ ਵਗ ਜੂਗੀ ਥੋੜ੍ਹੇ ਦਿਨ ਤੱਕ, ਸਾਰੇ ਘਰ ਦੀ ਕਬੀਲਦਾਰੀ ਨਾ ਮੇਰੇ ਸਿਰ 'ਤੇ ਆ ਜੂਗੀ। ਕੁੜੀਆਂ ਦਾ ਵੀ ਬਹੁਤ ਔਖਾ ਹੁੰਦਾ, ਇਹਨਾਂ ਨੂੰ ਤਾਂ ਬਗਾਨੇ ਘਰ ਜਾਣਾ ਹੀ ਪੈਂਦਾ, ਦੀਦੀ ਦੇ ਸੰਜੋਗ ਤਾਂ ਬਾਹਲੇ ਹੀ ਕਾਹਲੇ ਸੀ। ਚੱਲ ਕਿਸਮਤ ਦੀ ਗੱਲ ਹੈ। ਦੇਖੀ ਦੀਦੀ ਨੂੰ ਵੀ ਨਾ ਪਤਾ ਹੀ ਨਹੀਂ ਹੈਗਾ ਕਦੋਂ ਦੀ ਦੁਕਾਨ 'ਤੇ ਗਏ ਹੋਏ ਨੇ, ਕਹਿੰਦੇ ਸੀ ਮੈਂ 10 ਮਿੰਟ 'ਚ ਮੁੜਿਆ, ਹਾਲੇ ਤੱਕ ਨਹੀਂ ਮੁੜ ਕੇ ਆਏ ਹੈਗੇ। ਮੈਨੂੰ ਤਾਂ ਫਿਕਰ ਹੋਈ ਜਾਂਦੀ ਆ, ਮਾਮਾ ਤਾਂ ਮੈਨੂੰ ਹੀ ਆ ਕੇ ਬੋਲੂਗਾ ਨਾ, ਨਾਲੇ ਦੀਦੀ ਨੂੰ ਚੰਗੀ ਤਰ੍ਹਾਂ ਪਤਾ ਮਾਮੇ ਦੇ ਸੁਭਾਅ ਦਾ, ਫਿਰ ਵੀ ਨਹੀਂ, ਮੈਂ ਕਰਦੀ ਹਾਂ ਦੇਖ ਕੇ ਆਉਣੀ ਦੁਕਾਨ 'ਤੇ ਜਾ ਕੇ। ਵੀਰੇ ਹਾਂਜੀ, ਸਾਡੀ ਦੀਪੀ ਤਾਂ ਨਹੀਂ ਆਏ ਘਰੇ? ਨਹੀਂ ਉਰੇ ਤਾਏ ਜੀ। ਲੈ ਉਹ ਤਾਂ ਕਹਿੰਦੀ ਸੀ ਮੈਂ ਦੁਕਾਨ 'ਤੇ ਚੱਲੀ ਹਾਂ, ਸੱਚੀ ਨਹੀਂ? ਨਹੀਂ ਬਣਿਆ ਜੀ। ਸਰਬੀ ਆ ਗਏ ਮਾਮਾ ਜੀ। ਹਾਂ ਪੁੱਤ ਤੂੰ ਕਿੱਥੇ ਗਈ ਸੀ ਬਾਹਰ? ਉਹ ਮਾਮਾ ਜੀ ਮੈਂ ਤਾਂ ਸਰਫ ਲੈਣ ਗਈ ਸੀ, ਕੱਪੜੇ ਧੋਣ ਵਾਲੇ ਪਏ ਨੇ। ਅੱਛਾ ਦੀਪੀ, ਦੀਪੀ ਮਾਮਾ ਜੀ, ਦੀਪੀ ਦੀ ਤਾਂ ਪਤਾ ਨਹੀਂ ਕਿ 2-3 ਘੰਟੇ ਹੋ ਗਏ ਗਏ ਨੂੰ ਪਾਰਲਰ ਤੇ, ਹਲੇ ਤੱਕ ਨਹੀਂ ਆਏ ਹੈਗੇ, 10 ਮਿੰਟ ਦਾ ਕਹਿ ਕੇ ਗਏ ਸੀ। 2-3 ਘੰਟੇ ਹੋ ਗਏ? ਹਾਂਜੀ। ਪੁੱਤ ਤੂੰ ਹੀ ਜਾਏ ਨਹੀਂ ਪੁੱਛਿਆ ਦੇ? ਓਹੋ ਮਾਮਾ ਜੀ ਹੁਣ ਮੈਨੂੰ ਕੀ ਪਤਾ ਵੀ ਉਹਨਾਂ ਨੇ ਕੀ ਕੁਛ ਲੈਣਾ ਸੀਗਾ, ਨਾਲੇ ਪਾਰਲਰ ਦਾ ਕਿਹੜਾ ਮੇਕਅਪ ਕਰਵਾਉਣਾ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ। ਬਤਸ ਪਤ ਇਹ ਵੀ ਕਮਲੀ ਆ ਹਨਾ, ਵਿਆਹ ਦੇ ਦਿਨ ਰੱਖੇ ਹੋਏ ਨੇ, ਵੀ ਤੂੰ ਕਾਹਤੋਂ ਜਾਨੀ ਆ, ਤੂੰ ਮੈਨੂੰ ਦੱਸ ਦੇ, ਤੈਨੂੰ ਭੇਜ ਦਿੰਦੀ ਆਪ ਜਾ ਜਾਂਦੀ। ਫੋਨ ਵੀ ਘਰੇ ਛੱਡ ਕੇ ਵੀ ਜਿਹੜਾ ਬੰਦਾ ਫੋਨ ਲਾ ਕੇ ਪੁੱਛਦਾ ਲੈਂਦਾ, ਨਾਲੇ ਪਤਾ ਸਾਹਿਬ ਨਹੀਂ ਲਾਤਾ। ਚੱਲ ਕੋਈ ਗੱਲ ਨਹੀਂ, ਆਉਂਦੇ ਨੂੰ ਮੈਂ ਸਮਝਾਉਂਗਾ ਚੰਗੀ ਤਰ੍ਹਾਂ। ਠੀਕ ਆ ਮਾਮਾ ਜੀ। ਮੇਸ਼ੀ ਹਾਂਜੀ, ਕੀ ਹਾਲ ਹੈ ਵੀਰ ਦੇ? ਠੀਕ ਠਾਕ ਜੀ, ਵਧੀਆ। ਮੈਂ ਤੇਰੇ ਨਾਲ ਗੱਲ ਕਰੀ ਸੀ ਯਾਰ। ਦੱਸੋ ਭਰਾ ਬਣ ਕੇ ਕਿਛਲੇ ਵੇ ਗੱਲ ਤਾਂ ਕਰੀ ਨਾ, ਤੈਨੂੰ ਪਤਾ ਪਿੰਡ 'ਚ ਮਿੰਟ 'ਚ ਗੱਲ ਫੈਲ ਜਾਂਦੀ ਹੈ। ਠੀਕ ਹੈ। ਉਹ ਆਪਣੀ ਦਿੱਤੀ ਯਾਰ, 2-3 ਘੰਟੇ ਹੋ ਗਏ ਇਹਨੂੰ, ਕਹਿੰਦੇ ਤੇਰੀ ਦੁਕਾਨ 'ਤੇ ਆਈ ਸੀ, ਤੇਰੇ ਲਈ ਤਾਂ ਨਹੀਂ ਆਈ ਸੀ ਕਿਤੇ? ਨਾ ਵੀਰੇ, ਮਿਲੇ ਤਾਂ ਨਹੀਂ ਯਾਰ। ਜੇ ਤੇਰੇ ਵੀ ਨਹੀਂ ਫਿਰ ਕਿੱਥੇ ਗਈ ਉਹ ਕੁੜੀ? ਦੇ ਵਿਆਹ 'ਚ ਵੀ ਦਿਨ 4-5 ਹੀ ਰਹਿੰਦੇ ਨੇ ਯਾਰ ਸਾਰੇ। ਚੱਲ ਤੂੰ ਫਿਕਰ ਨਾ ਕਰ, ਕੋਈ ਗੱਲ ਨਹੀਂ, ਸੋਚ ਨਾ ਕਰ, ਕੁੜੀ ਸਿਆਣੀ ਹੈ, ਨਾਲੇ ਪਹਿਲਾਂ ਤਾਂ ਮੈਂ ਦੇਖੀ ਸੀ ਗੁਰਦੁਆਰਾ ਸਾਹਿਬ ਜਾਂਦੀ 2 ਦਿਨ ਪਹਿਲਾਂ। ਉਹ ਆਹੋ ਉਹ ਤਾਂ ਮੈਂ ਰੋਕਤੀ ਸੀ ਯਾਰ, ਹੁਣ ਵਿਆਹ 'ਚ ਦਿਲ ਤਾਂ ਥੋੜ੍ਹੀ ਦੇ ਗਈ, ਮੈਂ ਚੱਲ ਤੂੰ ਹੁਣ ਨਾ ਜਾਇਆ ਕਰ, ਪਤਾ ਵੀ ਘਰ ਹੀ ਰਿਹਾ ਕਰ।
ਮੈਂ ਤਾਂ ਇਹ ਫਿਕਰ ਲੱਗੀ ਪਤਾ ਕਿੱਥੇ ਗਈ ਕਿੱਥੇ ਨਹੀਂ। ਕੋਈ ਨਾ ਕੁੜੀ ਸਿਆਣੀ ਆ ਜੂ ਕੋਈ। ਚਲੋ ਕੀ ਘਰੇ ਕੋਈ ਸਮਾਨ ਸੱਪਾ ਇਧਰ ਉਧਰ ਹੋਇਆ ਹੋਵੇ ਜਾਂ ਕੋਈ ਆਧਾਰ ਕਾਰਡ। ਨਾ ਨਾ ਕੁਛ ਨਹੀਂ, ਉਹ ਤਾਂ ਸਰ ਵੀ ਹੈਗੀ ਸੀ ਘਰੇ ਦਾ। ਅੱਛਾ ਚਲ ਕੋਈ ਨਾ ਮੈਂ ਦੇਖਦਾ ਹੋਰ ਪਾਸੇ। ਠੀਕ ਹੈ ਬਾਈ। ਹਾਂ ਮਟਰ ਜੇ ਵੀ ਸੜ ਗਏ ਇੱਥੇ ਪਏ ਪਈ, ਇਹਨਾਂ ਨੂੰ ਵੀ ਅੱਡ ਕਰਾਂ। ਮਾਮਾ ਜੀ ਲੱਗਿਆ ਕੁਛ ਪਤਾ ਦੀਦ ਦਾ? ਨਾ ਪਤਾ, ਕੁਛ ਨਹੀਂ ਪਤਾ ਲੱਗਿਆ ਹਜੇ ਤਾਂ। ਕਿੱਥੇ ਗਈ ਯਾਰ, ਅੱਗੇ ਤਾਂ ਕਦੇ ਵੀ ਬਿਨਾਂ ਦੱਸੇ ਗਈ ਨਹੀਂ ਕਿਤੇ। ਚੱਲ ਜਾ ਜੇ ਚਲੀ ਵੀ ਗਈ ਤਾਂ ਘੱਟੋ ਘੱਟ ਫੋਨ ਤਾਂ ਕਰ ਦੇ, ਡੈਡੀ ਮੈਂ ਇੱਥੇ ਹਾਂ, ਉੱਤੋਂ ਰਾਤ ਵੀ ਹੋਣ ਵਾਲੀ ਆ। ਜੇ ਕਿਸੇ ਨਾਲ ਗੱਲ ਕਰਦਾ ਤਾਂ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਊਗਾ ਵੀ ਧੀ ਕਿੱਥੇ ਗਈ, ਕੁੜੀ ਦੀ ਇੱਜ਼ਤ ਦਾ ਸਵਾਲ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਇੱਕ ਵਾਰ ਪਤਾ ਲੱਗ ਜਾਂਦਾ ਤੈਨੂੰ ਕਿੱਥੇ। ਕਰ ਮਿਹਰ ਵਾਹਿਗੁਰੂ। ਤੂੰ ਇਹ ਸਭ ਕਿਉਂ ਕਰ ਰਹੀ ਆ? ਮੈਂ ਤੇਰਾ ਕੀ ਵਿਗਾੜਿਆ? ਦੱਸਦੀ ਹਾਂ, ਤੂੰ ਤਾਂ ਮੇਰਾ ਕੁਛ ਨਹੀਂ ਵਿਗਾੜਿਆ, ਪਰ ਤੇਰੀ ਵਜ੍ਹਾ ਨਾਲ ਨਾ ਮੇਰੇ ਸਾਰੇ ਸੁਪਨੇ ਚੂਰਾ ਚੂਰ ਹੋ ਗਏ। ਪਰ ਹੁਣ ਜਿਹੜਾ ਮੇਰੀ ਚੀਜ਼ ਦੇ ਹੱਕ ਬਣਦਾ ਨਾ, ਉਹ ਤਾਂ ਮੈਂ ਲੈ ਕੇ ਰਹੂੰਗੀ ਅਤੇ ਕਿਸੇ ਵੀ ਹਾਲਤ 'ਚ। ਪਰ ਮੈਂ ਤਾਂ ਤੇਰਾ ਕਦੇ ਮਾੜਾ ਨਹੀਂ ਕੀਤਾ ਕੁਛ, ਕਿਉਂ ਇਹ ਸਭ ਕਰ ਰਹੀ ਹਾਂ? ਤੂੰ ਮੇਰਾ ਕਾਹਨੂੰ ਮਾੜਾ ਕੀਤਾ? ਯਾਦ ਕਰ ਉਹ ਦਿਨ ਡੈਡੀ ਆ ਵੇਖੋ ਮੇਰਾ ਨਵਾਂ ਸੂਟ, ਸੋਹਣਾ ਨਾ? ਓਏ ਪੁੱਤ ਤੂੰ ਤਾਂ ਜਿਹੜਾ ਮਰੀ ਸੂਟ ਪਾਲਾ ਤੂੰ ਤਾਂ ਉਹੀ ਸੋਹਣੀ ਲੱਗਦੀ ਆ। ਮੇਰੀ ਧੀ ਪਤਾ ਕਿੰਨੀ ਸੋਹਣੀ ਆ। ਤੁਹਾਨੂੰ ਪਤਾ ਅੱਜ ਨਾ ਸਾਡੇ ਕਾਲਜ 'ਚ ਫੰਕਸ਼ਨ ਹੈਗਾ, ਰਿਜ਼ਲਟ ਆਉਣਾ ਨਾਲੇ ਅੱਜ ਮੇਰਾ। ਅੱਛਾ ਅੱਛਾ ਅੱਛਾ, ਚਲ ਪੇਪਰ ਪੂਪਰ ਵਧੀਆ ਹੋਏ ਸੀ ਕਿ ਨਹੀਂ ਤੇਰੇ? ਹਾਂਜੀ ਬਹੁਤ ਵਧੀਆ ਹੋਏ ਸੀ, ਦੇਖਿਓ ਮੈਂ ਫਸਟ ਹੀ ਆਉਣਾ। ਮਾਮਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਦੱਸ ਸਰ ਵੀ। ਦੀਪੀ ਜੀ ਨੇ ਤੁਹਾਨੂੰ ਦੱਸ ਦਿੱਤਾ ਕਿ ਸਾਡੇ ਨਾ ਕਾਲਜ 'ਚ ਫੰਕਸ਼ਨ ਹੈਗਾ। ਹਾਂ ਹਾਂ। ਤੇ ਮੇਰੇ ਕੋਲ ਨਾ ਕੋਈ ਵਧੀਆ ਜਿਹਾ ਸੂਟ ਹੈ ਨਹੀਂ, ਮੈਂ ਕਹਿੰਦੀ ਸੀ ਮੈਨੂੰ ਸੂਟ ਦਵਾ ਲਿਓ ਕੋਈ। ਲੈ ਇਹ ਕੀ ਗੱਲਾਂ ਕਰੀ ਜਾਂਦੀ, ਤੇਰੇ ਕੋਲ ਸੂਟ ਹੈ ਨਹੀਂ, ਮੇਰੇ ਸੂਟ ਵੀ ਤਾਂ ਤੇਰੇ ਹੀ ਆ, ਨਾਲੇ ਇੰਨੇ ਪਏ ਆ ਮੇਰੇ ਸੂਟ, ਉਹ ਪਾ ਲਾ ਤੂੰ, ਮੈਂ ਤਾਂ ਬਸ ਇੱਕ ਵਾਰੀ ਪਾਏ ਹੋਏ, ਨਵੇਂ ਪਏ ਆ ਨਾਲੇ ਜਮਾ। ਸਹੀ ਗੱਲ ਆ ਦੀਦੀ, ਪਰ ਮੈਂ ਤਾਂ ਪਹਿਲਾਂ ਹੀ ਤੁਹਾਡੇ ਸੂਟ ਪਾਉਣੀ ਆ, ਮੈਨੂੰ ਐਂ ਸੀ ਵੀ ਇੱਕ ਅੱਧੀ ਡਰੈਸ ਮੇਰੇ ਕੋਲ ਵੀ ਵਧੀਆ ਹੋ ਜਾਂਦੀ। ਲੈ ਇਸ 'ਚ ਕਮੀ ਕੀ ਹੈਗੀ, ਕਿੰਨਾ ਤਾਂ ਸੋਹਣਾ ਸੂਟ ਲੱਗ ਰਿਹਾ, ਦੇਖਿਓ ਡੈਡੀ ਕਿੰਨੀ ਤਾਂ ਜੱਚਦੀ ਹੈਗੀ ਮੇਰੇ ਸੂਟ 'ਚ। ਸਰ ਵੀ ਸੂਟ ਦਾ ਪੁੱਤ ਤੇਰੇ ਸੋਹਣਾ ਲੱਗ ਰਿਹਾ, ਨਾਲੇ ਗੱਲ ਸੁਣ ਪਤਾ, ਖਰਚਾ ਬਾਹਲਾ ਨਹੀਂ ਕਰਾਈਦਾ ਹੁੰਦਾ ਹੈਗਾ, ਖਰਚੇ ਘੱਟ ਕਰੀ ਜਾਂਦੇ ਨੇ, ਉਈ ਨਾ ਖਰਚੇ ਕਰੀ ਜਾਏ ਕਦੋਂ ਜਣੀ ਹੁਣ ਥੋੜ੍ਹੀ ਮੋਟੀ ਗੱਲ ਪਿੱਛੇ, ਆਹ ਸੂਟ ਤੇਰਾ ਵਧੀਆ ਪਾ ਕੇ ਚਲੀ ਜਾ ਤੂੰ। ਚਲੋ ਕੋਈ ਨਾ ਮਾਮਾ ਜੀ, ਪਰ ਮੈਂ ਇਹੀ ਪਾ ਕੇ ਬਗ ਜੂੰਗੀ। ਹੋਰ ਕੀ, ਮੇਰੇ ਪਾ ਲਿਆ ਕਰ ਤੂੰ, ਐਡੀ ਕੀ ਗੱਲ ਹੈਗੀ। ਚੱਲ ਜਾ ਜਾ ਫਿਰ, ਤੁਸੀਂ ਲੇਟ ਹੁੰਦੇ ਹੋਵੋਗੇ। ਠੀਕ ਹੈ ਡੈਡੀ ਜੀ, ਅਸੀਂ ਜਾਂਦੇ ਹਾਂ ਅਤੇ ਅੱਗੇ ਰਿਜ਼ਲਟ ਦੱਸਦੀ ਹਾਂ ਫਿਰ ਮੈਂ। ਠੀਕ ਹੈ ਜਾ। ਚੱਲ ਚੱਲੀਏ। ਹੋਰ ਦੀਦੀ ਆਪਾਂ ਇਕੱਠੇ ਐਡਮਿਸ਼ਨ ਕਰਵਾ ਲਾਂਗੇ, ਮਾਮਾ ਜੀ ਸਾਡੇ ਦੋਨਾਂ ਦੀ ਨਾ ਉੱਥੇ ਐਡਮਿਸ਼ਨ ਕਰਵਾ ਦਿਓ। ਸਰ ਵੀ ਪੁੱਤ ਤੂੰ ਕਿਹੋ ਜਿਹੀ ਗੱਲਾਂ ਕਰ ਰਹੀ ਆ, ਇਹ ਤਾਂ ਚੱਲ ਵੱਡੀ ਆ, ਚੱਲ ਇਹਨੂੰ ਯੂਨੀਵਰਸਿਟੀ ਪੜ੍ਹਿਆ ਆਉਂਦੇ ਪੁੱਤ, ਤੂੰ ਕਿੰਨਾ ਇੰਨਾ ਪੜ੍ਹ ਕੇ ਕੀ ਕਰੇਂਗੇ ਪੁੱਤ? ਜੇ ਤੁਸੀਂ ਦੋਨੇ ਚਲੇ ਗਈ ਆ ਤਾਂ ਘਰ ਦੇ ਕੰਮ ਕਾਰ ਕੌਣ ਸੰਭਾਲੂ ਪੁੱਤ? ਹੋਰ ਕੀ ਡੈਡੀ ਸਹੀ ਕਹਿ ਰਹੇ ਆ, ਇਹਨੂੰ ਪੜ੍ਹਨ ਦੇ ਤੂੰ ਘਰ ਦੇ ਕੰਮ ਕਾਰ ਦੇਖਿਆ ਕਰੀ ਪੁੱਤ ਹੁਣ। ਚਲੋ ਠੀਕ ਹੈ ਮਾਮਾ ਜੀ, ਬੀਏ ਕਰ ਲਈ ਪੁੱਤ, ਬਹੁਤ ਬਥੇਰੀ ਆ ਹੁਣ। ਠੀਕ ਹੈ ਮਾਮਾ ਜੀ ਕੋਈ ਗੱਲ ਨਹੀਂ, ਚੱਲ ਵਧੀਆ ਦੀਪੀ ਦੀਦੀ ਤੁਸੀਂ ਉੱਥੇ ਸਟੱਡੀ ਕਰ ਲਿਓ, ਧਿਆਨ ਰੱਖਿਓ ਆਪਦਾ। ਕੋਈ ਗੱਲ ਨਹੀਂ ਡੈਡੀ, ਫਰੈਂਕ ਕਰੂੰਗੀ ਮੈਂ, ਫਾਰਮ ਨਾ ਭਰਿਆਉਂਗੀ ਦੋ ਚਾਰ ਦਿਨ ਜੀ ਲਾ ਕੇ ਪੜ੍ਹਦਾ ਉੱਥੇ ਜਾ ਕੇ ਯੂਨੀਵਰਸਿਟੀ। ਠੀਕ ਹੈ, ਮੈਂ ਸੱਚੀ ਬਹੁਤ ਖੁਸ਼ ਹਾਂ ਡੈਡੀ, ਤੁਸੀਂ ਮੇਰੀ ਹਰ ਗੱਲ ਮੰਨ ਲੈਂਦੇ ਹੋ। ਓਏ ਮੇਰਾ ਕੱਲਾ ਕੱਲਾ ਪੁੱਤਾ, ਤੂੰ ਤੇਰੀ ਗੱਲ ਨਾ ਮੰਨਾ, ਹੋਰ ਹੱਸ ਕਿਹਦੀ ਗੱਲ ਮੰਨੂਗਾ ਮੈਂ। ਠੀਕ ਹੈ ਡੈਡੀ ਮੈਂ ਜਾ ਕੇ ਰੈਸਟ ਕਰਦੀ ਹਾਂ। ਚਲੋ ਸਰ ਵੀ ਕੁਝ ਬਣਾ ਬਣੂ ਖਾਣ ਨੂੰ ਹੈ? ਹਾਂਜੀ ਬਣਾਉਣੀ ਹੈ। ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਜੋ ਅਕਸਰ ਹੀ ਮੇਰੇ ਨਾਲ ਹੁੰਦੀਆਂ ਰਹੀਆਂ ਨੇ। ਯਾਦ ਆ ਉਹ ਦਿਨ ਜਿਸ ਦਿਨ ਮੁੰਡੇ ਵਾਲੇ ਦੇਖਣ ਆਏ ਸੀ? ਸਰ ਵੀ ਆਈ ਮਾਮਾ ਜੀ, ਉਹ ਚਾਹ ਬਣੀ ਨਹੀਂ ਪੁੱਤ, ਚਾਹ ਲੈ ਕੇ ਆ ਰਹੀ ਸੀ ਮਾਮਾ ਜੀ। ਹੈਲੋ। ਉਹ ਜਿਉਂਦੀ ਰਹਤੀ, ਕਿੰਨਾ ਖਿਆਲ ਰੱਖਦੇ ਤੂੰ ਮੇਰਾ, ਸਾਰਾ ਘਰ ਦੇ ਕੰਮ ਕਾਰ ਤੇ ਹੀ ਸੰਭਾਲ ਰੱਖੇ ਨੇ। ਉਹ ਕੋਈ ਨਾ ਮਾਮਾ ਜੀ, ਇਹ ਤਾਂ ਮੇਰਾ ਫਰਜ਼ ਹੈਗਾ,
ਹੁਣ ਦੀਦੀ ਪੜ੍ਹਦੇ ਨੇ ਤੇ ਫਿਰ ਮੈਨੂੰ ਤਾਂ ਘਰ ਦੇ ਕੰਮਾਂ ਵੱਲ ਧਿਆਨ ਦੇਣਾ ਹੀ ਪਊ। ਫਿਰ ਸਬਜ਼ੀ ਸੁਬਜ਼ੀ ਕੀ ਬਣਾਣਾ ਅੱਜ? ਅੱਜ ਮੈਂ ਤੁਸੀਂ ਦੱਸੋ ਮਾਮਾ ਜੀ ਕੀ ਬਣਾਵਾਂ। ਤੂੰ ਪੁੱਤ ਆਪਣੇ ਪਸੰਦ ਦੀ ਬਣਾ ਲਾ ਜੋ ਬਣਾਣੀ ਆ ਉਹੀ ਖਾ ਲਾਂਗੇ। ਓ ਪ੍ਰਧਾਨ ਜੀ ਸਤਿ ਸ੍ਰੀ ਅਕਾਲ। ਓਏ ਹਾਂ ਮੇਸ਼ੀ ਸਤਿ ਸ੍ਰੀ ਅਕਾਲ, ਕੀ ਹਾਲ ਹੈ? ਹਾਂ ਸਤਿ ਸ੍ਰੀ ਅਕਾਲ ਪੁੱਤ, ਕੀ ਹਾਲ? ਵਧੀਆ, ਮੈਂ ਤੁਹਾਡੇ ਵਾਸਤੇ ਚਾਹ ਲਿਆ। ਹਾਂ ਇਹਦੇ ਵਾਸਤੇ ਲੈ ਚਾਹ ਲਿਆ। ਹੋਰ ਮੇਸ਼ੀ ਕਿਵੇਂ ਆਣਾ ਹੋਇਆ? ਬਸ ਥੋੜਾ ਜਿਹਾ ਕੰਮ ਸੀ, ਮੈਂ ਕਿਹਾ ਪਾਈ ਨੂੰ ਮਿਲ ਕੇ ਆਉਣੇ ਆ। ਚਲੋ ਚੰਗੀ ਗੱਲ ਆ। ਹੋਰ ਘਰ ਸਭ ਠੀਕ ਠਾਕ ਆ? ਹਾਂ ਘਰੇ ਤਾਂ ਸਭ ਵਧੀਆ ਹੈ। ਬਾਈ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਮੇਸ਼ੀ। ਯਾਰ ਇੱਕ ਮੇਰੇ ਤੋਂ ਨਾ ਰਿਸ਼ਤਾ ਬਹੁਤ ਵਧੀਆ ਆ। ਅੱਛਾ, ਮੁੰਡਾ ਵੀ ਸੋਹਣਾ ਸਰੱਖਾ ਆ। ਹਾਂ ਹਾਂ, ਜੌਬ ਕਰਦਾ ਆ, ਜ਼ਮੀਨ ਵੀ ਚੰਗੀ ਆ। ਅੱਛਾ, ਤੇ ਮੁੰਡੇ ਦੀ ਮੰਮੀ ਵੀ ਟੀਚਰ ਲੱਗੀ ਆ। ਠੀਕ ਆ ਠੀਕ ਆ। ਤਾਂ ਮੈਂ ਸੋਚਿਆ ਪ੍ਰਧਾਨ ਜੀ ਤੁਹਾਡੀ ਕੁੜੀ ਦੀਪੀ ਦੇ ਰਿਸ਼ਤਾ ਕਰਾ ਦਿੰਦੇ ਆ, ਬਾਕੀ ਮੁੰਡਾ ਸਿਆਣਾ ਹੈ, ਪਰਿਵਾਰ ਬਹੁਤ ਚੰਗਾ ਹੈ। ਮੇਸ਼ੀ ਉਹ ਤਾਂ ਗਲਤ ਨਹੀਂ, ਸਿਆਣੀ ਆ, ਪਰਿਵਾਰ ਚੰਗਾ ਜੀ, ਪਰ ਕੁੜੀ ਆਪਣੀ ਦੀਪੀ, ਤੈਨੂੰ ਪਤਾ ਯਾਰ ਯੂਨੀਵਰਸਿਟੀ ਪੜ੍ਹਨ ਲੱਗੀ ਆ ਹੁਣੇ ਹੁਣੇ, ਉਹਦੀ ਪੜ੍ਹਾਈ ਖਰਾਬ ਹੋ ਜਾਣੀ ਆ, ਦੀਪੀ ਦਾ ਹਜੇ ਰਿਸ਼ਤਾ ਕਰਨਾ ਨਹੀਂ ਹੈਗਾ। ਮੈਂ ਤਾਂ ਪ੍ਰਧਾਨ ਜੀ ਇਹ ਕਹਿੰਦਾ ਇਹੋ ਜਿਹੇ ਰਿਸ਼ਤੇ ਵਾਰ ਵਾਰ ਨਹੀਂ ਮਿਲਦੇ, ਜੇ ਦੀਪੀ ਦਾ ਰਿਸ਼ਤਾ ਨਹੀਂ ਕਰਨਾ ਤਾਂ ਇਹ ਸ਼ਰਬੀ ਦਾ ਕਰ ਦਿਓ, ਇਹਦਾ ਵਿਆਹ ਵੀ ਆਖਰ ਤੁਸੀਂ ਕਰਨਾ ਹੈ। ਹਾਂ ਮੇਸ਼ੀ ਇਹਦਾ ਗੱਲ ਤੇਰੀ ਸਿਆਣੀ ਆ, ਸਰਬੀ ਦਾ ਵਿਆਹ ਵੀ ਮੈਂ ਹੀ ਕਰਨਾ ਆ, ਤਾਂ ਮੁੰਡੇ ਦੀ ਫੋਟੋ ਫੋਟੋ ਹੈਗੀ ਤੇ ਲੈਣਾ? ਮੈਂ ਵਿਚੋਲਾ ਕਰਦਾ ਜਾਂ ਫੋਟੋ ਮੈਂ ਰੱਖਾਂ ਤੇ ਫੋਟੋ ਮੇਰੇ ਕੋਲ ਆ। ਆ ਦੇਖੋ ਜੀ। ਓਏ ਮੈਂ ਤਾਂ ਕੀ ਦੇਖਣਾ, ਮੁੰਡਾ ਤਾਂ ਸੋਹਣਾ ਆ ਜਿਹੜੀ ਕੁੜੀ ਨੇ ਵਿਆਹ ਕਰਾਉਣਾ। ਲੈ ਸਰਬੀ ਪੁੱਤ ਦੇਖ ਮੁੰਡਾ ਸੋਹਣਾ ਆ। ਮੰਮਾ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਲਓ। ਤੈਨੂੰ ਪਸੰਦ ਆ ਪੁੱਤ? ਮੇਰੀ ਪਸੰਦ ਤੁਹਾਡੀ ਪਸੰਦ ਨਾਲ ਹੀ ਆ। ਚੱਲ ਠੀਕ ਆ ਮੇਸ਼ੀ, ਮੈਂ ਆਪਣੇ ਨੰਬਰ ਤੇ ਭੇਜ ਦਿੰਦਾ ਇਹਨੂੰ, ਹੈਂ ਤੇ ਫੋਟੋ ਮੈਂ ਆਪਣੇ ਨੰਬਰ ਤੇ ਸੈਂਡ ਕਰ ਲਈ ਤੇ ਤੈਨੂੰ ਦੱਸਦਾ ਮੈਂ, ਤੇ ਤੂੰ ਮੇਰੇ ਵੱਲੋਂ ਤਾਂ ਹਾਂ ਹੀ ਆ, ਤੂੰ ਮੁੰਡਿਆਂ ਨਾਲ ਗੱਲ ਕਰ ਤੇ ਆਪਾਂ ਅੱਗੇ ਕਾਰਵਾਈ ਕਰੀਏ। ਬਾਕੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ, ਚੰਗਾ? ਬਸ ਠੀਕ ਆ ਠੀਕ ਆ ਮੇਸ਼ੀ, ਮੈਂ ਤੁਹਾਨੂੰ ਜਲਦੀ ਦੱਸ ਦੂੰਗਾ, ਫੋਨ ਕਰ ਦੂੰਗਾ ਪ੍ਰਧਾਨ ਤੈਨੂੰ ਮੈਂ। ਤੂੰ ਉਹਨਾਂ ਨਾਲ ਗੱਲ ਕਰਕੇ ਦੱਸ, ਫਿਰ ਆਪਾਂ ਜੋ ਬੰਦਾ ਆਪਾਂ ਸ਼ਗਨ ਵਿਹਾਰ ਕਰ ਦਿੰਦੇ ਹਾਂ। ਠੀਕ ਹੈ ਜੀ, ਚੰਗਾ ਪੁੱਤ, ਚੰਗਾ ਪ੍ਰਧਾਨ ਜੀ, ਚੰਗਾ ਚੰਗਾ ਮੇਸ਼ੀ। ਸਰ ਵੀ ਬੈਠ ਪੁੱਤਾਂ, ਪੁੱਤ ਮੁੰਡਾ ਦਾ ਪਸੰਦ ਆ ਤੈਨੂੰ? ਹਾਂ ਜੀ ਮਾਮਾ ਜੀ, ਜਿਹੜੀ ਪਸੰਦ ਤੁਹਾਡੀ ਆ ਉਹੀ ਮੇਰੀ ਆ। ਚੰਗੇ ਘਰ ਦਾ ਮੁੰਡਾ ਸੀਗਾ ਤੇ ਨਾਲੇ ਮਾਂ ਬਾਪ ਵੀ ਨੌਕਰੀ ਲੱਗੇ ਹੋਏ ਨੇ, ਤੇ ਮੈਂ ਉਹਨੂੰ ਕਿਹਾ ਭਾਈ ਮੇਸ਼ੀ ਆਪਣੀ ਦੀਪਿਆ ਯੂਨੀਵਰਸਿਟੀ ਪੜ੍ਹਦੀ ਆ, ਇੰਨਾ ਪੈਸਾ ਖਰਚ ਕੀਤਾ, ਹਜੇ ਤਾਂ ਉਹ ਪੜ੍ਹੂਗੀ। ਮੈਂ ਜਵਾਬ ਦੇਤਾ ਪੁੱਤ। ਸਹੀ ਕੀਤਾ ਡੈਡੀ ਤੁਸੀਂ, ਮੈਂ ਤਾਂ ਹਲੇ ਪੜ੍ਹਨਾ। ਚੱਲ ਠੀਕ ਹੈ, ਤਾਂ ਹੀ ਮੈਂ ਕਿਹਾ ਬਈ ਦੀਪੀ ਦਾ ਤਾਂ ਕਰਦੇ ਨਹੀਂ ਹੈਗੇ, ਸਰਬੀ ਦੀ ਗੱਲ ਕਰਦੀ ਮੈਨੇ। ਅੱਛਾ ਚਲੋ ਵਧੀਆ ਗੱਲ ਹੈ, ਮੁੰਡਾ ਸੋਹਣਾ ਤਾਂ ਦਿਖਾਣਾ ਫੋਟੋ ਪੁੱਤ। ਮੈਂ ਦਿਖਾਓ ਉਹਦੇ ਫੋਨ ਤੋਂ ਨਾ, ਆਪਣੇ ਫੋਨ ਤੇ ਸੈਂਡ ਕਰ ਰਹੀ ਸੀਗੀ। ਮੈਂ ਵੀ ਦੇਖਾਂ ਕਿੰਨਾ ਸੋਹਣਾ ਮੁੰਡਾ ਲੱਭਿਆ। ਲੈ ਦੇਖ ਪੁੱਤ। ਹਾਈ ਡੈਡੀ, ਮੁੰਡਾ ਤਾਂ ਕਿੰਨਾ ਸੋਹਣਾ ਹੈਗਾ, ਨਾਲੇ ਤੁਸੀਂ ਤਾਂ ਕਹਿੰਦੇ ਸੀ ਜ਼ਮੀਨ ਵੀ ਵਧੀਆ ਆਉਂਦੀ ਇਹਨੂੰ, ਫਿਰ ਤੁਸੀਂ ਮੇਰੇ ਰਿਸ਼ਤੇ ਦੀ ਗੱਲ ਕਿਉਂ ਨਹੀਂ ਕੀਤੀ ਇਹਦੇ ਨਾਲ? ਤੈਨੂੰ ਪਸੰਦ ਆ ਪੁੱਤ? ਹਾਂਜੀ ਡੈਡੀ। ਫਿਰ ਪੁੱਤ ਆਪਾਂ ਨੇ ਕਿਹੜਾ ਉਹਨਾਂ ਨਾਲ ਕੋਈ ਗੱਲ ਕੀਤੀ ਆ, ਮੈਂ ਤੇਰੇ ਰਿਸ਼ਤੇ ਦੀ ਗੱਲ ਕਰ ਲੈਣਾ। ਡੈਡੀ ਤੁਸੀਂ ਗੱਲ ਚਲਾਓ, ਮੇਰੇ ਨਾਲ ਤਾਂ ਖੜਿਆ ਵੀ ਇਹ ਕਿੰਨਾ ਸੋਹਣਾ ਲੱਗੂਗਾ। ਉਹ ਚੱਲ ਕੋਈ ਗੱਲ ਨਹੀਂ ਪੁੱਤ, ਫਿਰ ਐਂ ਕਰਦਾ ਮੈਂ ਕਿਹੜਾ ਉਹਨਾਂ ਨੂੰ ਹਜੇ ਮੁੰਡਿਆਂ ਨੂੰ ਕੁਛ ਦੱਸਦਾ, ਮੈਂ ਤੇਰੀ ਗੱਲ ਕਰ ਲਾ ਤੇਰੇ ਰਿਸ਼ਤੇ ਦੀ। ਸਰਬੀ ਤੂੰ ਤਾਂ ਹਜੇ ਨਿੱਕੀ ਆ ਪੁੱਤ, ਤੇਰੇ ਵਾਸਤੇ ਕੋਈ ਹੋਰ ਰਿਸ਼ਤਾ ਆ ਜੂਗਾ। ਠੀਕ ਹੈ, ਖੁਸ਼ ਹਾਂ ਤਾਂ? ਹਾਂਜੀ ਡੈਡੀ। ਚੱਲ ਠੀਕ ਹੈ ਠੀਕ ਹੈ, ਸਾਡੀ ਜੋੜੀ ਕਿੰਨੀ ਸੋਹਣੀ ਲੱਗੂਗੀ, ਕਿੰਨਾ ਘੈਂਟ ਮੁੰਡਾ ਸੀ। ਲੈ ਸਰਬੀ ਆ ਗਲਾਸ ਗੂਸ ਲੈ ਜਾ ਚੱਕ ਕੇ। ਹੈ ਹਾਈ ਡੈਡੀ, ਸੱਚੀ ਤੁਸੀਂ ਗੱਲ ਕਰੋਗੇ? ਮੈਂ ਪੁੱਤ ਤੇਰੇ ਰਿਸ਼ਤੇ ਦੀ ਗੱਲ ਕਰਦਾ, ਲੈ ਗੱਲ ਆ ਕੋਈ, ਚੱਲ ਜਾ ਕੁਝ ਖਾ ਪੀ ਲਾ। ਕਮਲੀ ਹਾਲੇ ਤੂੰ ਪੁੱਛਦੀ ਆ ਵੀ ਤੇਰੀ ਗਲਤੀ ਕੀ ਆ? ਜੋ ਜੋ ਕੁਛ ਮੇਰੇ ਨਾਲ ਹੁੰਦਾ ਹੈ ਨਾ ਉਹਦੀ ਜ਼ਿੰਮੇਵਾਰ ਤੂੰ ਹੀ ਸੀ, ਪਰ ਹੁਣ ਮੈਂ ਇਹ ਚਾਹੁੰਦੀ ਹਾਂ ਉਹ ਮੁੰਡੇ ਨਾਲ ਵਿਆਹ ਤਾਂ ਨਾ ਮੈਂ ਹੀ ਕਰਾਉਂਗੀ, ਤੂੰ ਨਹੀਂ। ਜਿਹੜਾ ਹੱਕ ਮੇਰਾ ਹੈਗਾ ਉਹ ਮੈਂ ਲੈ ਕੇ ਰਹੂੰਗੀ, ਪਰ ਤੂੰ ਫਿਕਰ ਨਾ ਕਰੀ, ਜੋ ਜੋ ਕੁਛ ਹੁੰਦਾ ਰਹੂ ਤੈਨੂੰ ਸਾਰਾ ਦੱਸਦੀ ਰਹੂੰਗੀ। ਤੂੰ ਉਹ ਗਲਤ ਕਰ ਗਈ, ਛੱਡ ਛੱਡ। ਕੀ ਜਵਾਬ ਦਊਂਗਾ ਉਹਨਾਂ ਨੂੰ ਮੈਂ? ਆ ਕੁੜੀ ਤਾਂ ਚਾਹੀ ਮੇਰੀ ਨੱਕ ਬੜਾ ਦੀ। ਮਾਮਾ ਜੀ ਕਿਉਂ ਟੈਨਸ਼ਨ ਲੈ ਕੇ ਬੈਠੇ ਹੋ? ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ, ਸਾਰਾ ਕੁਛ ਠੀਕ ਹੋ ਜਾਊਗਾ। ਉਹ ਪੁੱਤ ਕਿਵੇਂ ਠੀਕ ਹੋ ਜਾਊਗਾ, ਤੇਰੇ ਕਿਸੇ ਦੇ ਦੁਆਰਾ ਠੀਕ ਹੋ ਜਾਊਗਾ? ਉਹ ਮੁੰਡਿਆਂ ਦਾ ਫੋਨ ਆਇਆ ਸੀਗਾ, ਉਹ ਕਹਿੰਦੇ ਮੇਸ਼ੀ ਦੇ ਘਰੇ ਆਪਾਂ ਦੇਖ ਦਿਖਾਈ ਕਰਦੇ ਹਾਂ। ਅੱਛਾ ਮਾਮਾ ਜੀ, ਮਾਮਾ ਜੀ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਇੱਕ ਗੱਲ ਕਹਾਂ। ਦੱਸ ਪੁੱਤ। ਦੇਖੋ ਉਹਨਾਂ ਨੇ ਕਿਹੜਾ ਦੀਪੀ ਨੂੰ ਦੇਖਿਆ ਹਲੇ, ਤੁਸੀਂ ਦੀਪੀ ਦੀ ਜਗ੍ਹਾ 'ਤੇ ਨਾ ਮੇਰਾ ਸ਼ਗਨ ਕਰ ਦਿਓ, ਕੋਈ ਗੱਲ ਨਹੀਂ, ਤੁਹਾਡਾ ਸਿਰ ਨੀਵਾਂ ਨਹੀਂ ਹੋਣਾ ਚਾਹੀਦਾ ਮਾਮਾ ਜੀ। ਹਾਂ ਗੱਲ ਤਾਂ ਸਹੀ ਕੀਤੀ ਹੈ, ਪੁੱਤ ਉਹਨਾਂ ਨੇ ਕਿਹੜਾ ਕੋਲੋਂ ਦੇਖਿਆ ਹੈ, ਆਪਾਂ ਕਹਾਂਗੇ ਤੇਰੇ ਰਿਸ਼ਤਾ ਕੀਤਾ ਸੀਗਾ। ਉੱਥੇ ਜਿਉਂਦੀ ਰਹੇ ਪੁੱਤ, ਤੂੰ ਮੇਰੀ ਇੱਜ਼ਤ ਰੱਖ ਲਈ ਪੁੱਤ। ਕੋਈ ਗੱਲ ਨਹੀਂ ਮਾਮਾ ਜੀ, ਤੁਸੀਂ ਕਰ ਲਓ ਉਹਨਾਂ ਨਾਲ ਗੱਲ ਅਤੇ ਟੈਨਸ਼ਨ ਫਰੀ ਰਹੋ, ਨਾਲੇ ਦੀਪੀ ਦੀਦੀ ਜਦੋਂ ਵਾਪਸ ਆ ਜੂਗੀ ਉਹਨੂੰ ਕਿਹੜਾ ਰਿਸ਼ਤਿਆਂ ਦੀ ਘਾਟ ਆ, ਵਧੀਆ ਸੋਹਣੀ ਸੁਨੱਖੀ ਆ, ਹੁਣ ਤਾਂ ਰਿਸ਼ਤਾ ਹੋ ਹੀ ਜਾਊਗਾ। ਆਹੋ ਚੱਲ ਪੁੱਤ, ਉਹਦੀ ਕਿਸਮਤ ਉਹਦੇ ਨਾਲ, ਅਤੇ ਮੈਂ ਕਰਦਾ ਉਹਨਾਂ ਨਾਲ ਗੱਲ, ਠੀਕ ਆ ਪੁੱਤ? ਹਾਂਜੀ, ਅਤੇ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ। ਹਾਂ ਬਣਾ ਲਿਆ ਪੁੱਤ।
लिया बैठा वो मैं तेन बिकी शेरा अंदर आवाजा मारी जाना है अच्छा क्या मैं बस हूनी कखन डे नमेड़ के इधर बैठ के बिन जट वो मैं तो तेरे लिए कम आया से पता वो अपने लिए गुड़ी ना देखने वाले आ रहे ने मुंडे वाले अच्छा ब्याह की सलाह हो गई अच्छा बस हाँ पता तत्ते कोई गल बनी है हजा देखनी आ रहे ने मैं होर तक किसी दस्या नहीं देखा है ना तू घर का मुंडा है तेन तो दस बिना रह भी नहीं सकता है ना तो आप मेशी के घर ही रखिया मेशी अपना मुंडा जो करता रिश्ते जे करवा अच्छा उन्हें करवाया हाँ उन्हें करवाया वो कहना मुंडा कला कला यार है अच्छा माँ प्यो दो सरकारी नौकरी लगे हुए अपन होर की चाहिए है ना चल तो बहुत वाइया अच्छा चंगे रिश्ते बार बार थोड़ी मिलते हैं वो पुत ताही मैं कल ही कर रहे हैं तू ऐ करी कल कितने ना जाई ठीक है सारा काम कर तू ही देखना है अच्छा यह गल कोई कह दी है बेफिक्र हो जा मेरिया भी भैन ने मैं आप ही आ जाऊंगा तो बस फिर सारा सवेरे तू आज ही ड्यूटी सामभनी तेरे कोई नहीं अच्छा करें बैठा है जाजू ना ना बस मैं उधर ही देखना काम कर जाके हो रहा ठीक है अच्छा हो ले भैने मुबारक हो तेनू तो नाले जेड़ा मैं तेरे वादा किया भी जो जो कुछ हों रहेगा वो मैं तेनू दसती रहूंगी मेरा रिश्ता पक्का हो गया तू भी हम फिक्र ना कर थोड़े टाइम जी आ गल तू भी इस कैच रिहा होएगी तो मैं भी मेरा हक मिल जूगा देख सर भी मैनू प्लीज छड़ दे तू ये सब बहुत गलत कर रही हाँ गलत कर रही हाँ वो थोड़े टाइम की तो गल आ बस उद मैं मेरे हक मिल जाएंगे तू भी घर खुश रहेंगी तू याद रखी ये सब करके तू बहुत पछताएंगी छड़ दे मैनू हले भी टाइम है तेरे को ओहो दीदी किवें दी गल कर दो मैं पछताऊंगी जमा भी नहीं क्योंकि मैं तो मेरे हक मिल रहे ने ना सगो मैं तो खुश होऊंगी पछताऊंगी तो तुसी सरबी छड़ दे मैनू कोई ना इत्थे रहो मिलते फिर आप सरबी मैनू छड़ दे सरबी ओहो किड्डी वड्डी गलती करती सी सरबी मैनू छड़ दे मैनू सिर्फ एक दिन लई ले चाचा कहना ती अके ब्याह पाउन आना है घरें कम कराई डंगर पशु तो है मरी जाते हैं यह जो प्रोग्राम कानू गौर करता कोई पशुओं की यार चल आ भी पुने घर का कम सामी लैन गए वह एक बार इन्हों पानी पुनी पिया जाओ वो मशीन मूहे हरा भी उमी पै यार पीण दे पानी फिर देख ला हरा भी कुटने वाला पे चाचा भी कमाल का बंदा है भी तू कला जाना है इन्ने पशु रख रखे ने कि तू समझ नहीं की लोड़ थी चल ऐ करदा हरा तो फिर ही कुटू पहले एक बार पानी पुनी पिया के मैं सानू जावा उधर घरें आ की खड़का जो हुई इधर कौन है चाचे के कमरे च कौन है कुंडा लग गया था बारों इधर की खड़की है दीपी तू इत तेरी हालत कि नहीं करी है किने बने तेन ठीक है तू सब सरबी ने किता सरबी ने कमली होता तेरी भैन है वह क्यों करूँ तेरे नाल कुछ कोई भैन नहीं हैगी वीरे वो मेरी उन्हें सब जान बुझ के किता पर किता क्यों है क्योंकि डैडी उसने वितकरा करते सी ते किन्ने दिनों तो उन्हें मैंने इत्थे बन रखे उन्हें मैंने सारिया गल्लां सुनाइया ने भी डैडी फर्क करते सी साडे च इस करके वो सिर्फ अपने हक पाउणा चाहुंदी है पर मेरी गल तो सुन तू इत्थे बन्नी पई है चाचे नूं उन्हें रहण नहीं दिता नहीं अन्ने बन्ने डैडी नूं नहीं इत्थे आउण दिता वो शायद सब जानदी सी बहुत चलाकी नाल कर रही है वो सब डैडी दा पता नहीं की हाल होना पर कुड़िए घरें तो अज ब्याह प्रोग्राम है ये सब वीरे इतने ये सब गल्लां करन दा टाइम नहीं हैगा तुसी छेती चलो चल चल मेरे नाल चल उमेश के घर ही ने चला चलो ठीक है पुत्र खुश रहो हुण आपां चंगा दिन देख के थोड़ा ब्याह कर देने कोई ना जी तुसी बेफिक्र रहो बाकी कोई जिवें भी गल होगी असीं कर लांगे मेशी नाल गल फिर चलो ठीक है जी ठीक है जी दिओ इजाजत हाँ जी हाँ जी हाँ चंगा जी चंगा जी बधाई हाँ थोड़ी मुबारक जी
हाँ वेख्या प्रधान तेन कहा सी ना सारा परिवार मुलाजमत है की कोई नीक गल ना कोई दाज दी आहो मछी सही है गल सर भी चलिए पता दीपी पिछे होया तू कि गई तू तेन दिन तो लभदा रहा मैं हाथ हाथ देखे तेन तू मेरी जमा इज्जत रखेगी डैडी इज्जत वाली गल नहीं हैगी तुसी पहला सारी गल मेरी सुनो तेरी किसी तू कटोन फोन तो कर कितने कितने नहीं तू एक तो जी करता कि पर खैर जो सारी गलती अपनी है फिर मैं सरबी नू भी की कहना डैडी शुरू तो लैके हुण तक आपां ही सरबी नाल वितकरा करते रहे हैं गल गल ते फर्क करते सी तुसी हमेशा मेरी खुशी देखी कि मैनू की पसंद है किस चीज़ च मैं खुश हाँ दीपी मैं तेनों ये पुछ रहा तू कित्थे सीगी क्यों बुझारता पाई जानी तू सरबी नू पुछो कित्थे सी मैं सरबी सरबी दस आ की कह रही दीपी सरबी हुण तां सच बोल दे सरबी दस ए कुड़ी नू क्यों बन्नया तूने की हाल तोरी तेरी मैं खोलिया नू जाके बन्नया की कीता तां ओ विक्की ओ तेरा कहंदी सी कि दुकान ते गई आ सरबी दस तू झूठ बोलिया सी मामा जी मैं उस दिन पर पता तू एडी घटिया हरकत कीती क्यों मामा जी मेरी भी मजबूरी सी मैं इहदी दुश्मन नहीं हैगी पर जिवें तुसी मेरे नाल वितकरा करदे सी ना ये गल्लां ने मैनू मजबूर करता सी जदों मेरे जिंदगी च अगे वधण दा फैसला लिया तो उत्थे तुसी मेरी खुशी नहीं देखी उत्थे भी तुसी अपनी धी दी खुशी देखी की फर्क रखा मैं ते तो फर्क दी गल कर दियो मामा जी हर छोटी छोटी गल ते तुसी मेरे नाल फर्क रखिया जदों मैं ਵਿਆਹ ਕਰਾਉਣ ਦੀ ਗੱਲ ਕੀਤੀ ਜਿਹੜਾ ਮੁੰਡਾ ਮੈਨੂੰ ਪਸੰਦ ਸੀ ਤੁਸੀਂ ਉੱਥੇ ਮੇਰੀ ਖੁਸ਼ੀ ਨਹੀਂ ਦੇਖੀ ਤੁਸੀਂ ਆਪਦੀ ਧੀ ਦੀ ਖੁਸ਼ੀ ਦੇਖੀ ਵੀ ਮੁੰਡਾ ਵਧੀਆ ਕਰਵਾ ਮੇਰੀ ਧੀ ਖੁਸ਼ ਰਹੂਗੀ ਮੇਰੇ ਬਾਰੇ ਨਹੀਂ ਸੋਚਿਆ ਤੁਸੀਂ ਬਸ ਕਰ ਕੁੜੀਏ ਚਾਚਾ ਮੈਂ ਸਮਝ ਗਿਆ ਸਾਰੀ ਗੱਲ ਇੱਥੇ ਕਿਤੇ ਨਾ ਕਿਤੇ ਗਲਤੀ ਤੇਰੀ ਹੀ ਰਹੀ ਹੈ ਜੇ ਕੁੜੀ ਮਾਂ ਪਿਓ ਬਾਰੀ ਤੀ ਜੇ ਆਪਦੇ ਘਰੇ ਲੈ ਹੀ ਆਇਆ ਤੀ ਫਿਰ ਆਪਦੀ ਧੀ ਵਾਂਗੂ ਪਿਆਰ ਦੇਣਾ ਤੀ ਨਾ ਕਾਹਤੋਂ ਬਗਾਨੇ ਵਾਲਾ ਸਲੂਕ ਕੀਤਾ ਸਭ ਤੋਂ ਵੱਧ ਗਲਤੀ ਚਾਚਾ ਤੇਰੀ ਹੈ ਇੱਥੇ ਪਰ ਕੁੜੀਏ ਤਰੀਕਾ ਤੇਰਾ ਵੀ ਕੋਈ ਸਹੀ ਨਹੀਂ ਸੀ ਜੇ ਇਹਨੂੰ ਕੁਛ ਹੋ ਜਾਂਦਾ ਸਾਰੀ ਜ਼ਿੰਦਗੀ ਨੇ ਤਾਂ ਆਪਦੇ ਆਪ ਨੂੰ ਮਾਫ਼ ਕਰਨਾ ਸੀ ਉਹ ਵੱਡੇ ਭਾਈ ਛੱਡੋ ਸਾਰੀਆਂ ਗੱਲਾਂ ਜੋ ਵੀ ਹੋ ਗਿਆ ਵਧਗਾ ਗਿਆ ਹੁਣ ਵੀ ਘਰ ਦੀ ਗੱਲ ਕਰਦੇ ਵਿੱਚ ਹੀ ਰਹਿ ਗਈ ਅਜੇ ਤੱਕ ਬਾਹਰ ਕਿਸੇ ਨੂੰ ਪਤਾ ਨਹੀਂ ਆ ਤੇਰਾ ਮੁੰਡੇ ਵਾਲਿਆਂ ਨੂੰ ਨਾਲੇ ਡੈਡੀ ਜਿੱਥੇ ਵੀ ਸਰਬੀ ਦਾ ਸ਼ਗਨ ਹੋਇਆ ਹੁਣ ਉੱਥੇ ਹੀ ਵਿਆਹ ਹੋਊਗਾ ਇਹਦਾ ਹਾਂ ਪੁੱਤ ਵਿਆਹ ਤਾਂ ਇਹਦਾ ਉੱਥੇ ਹੀ ਕਰਾਂਗੇ ਪਰ ਹੁਣ ਮੈਨੂੰ ਵੀ ਆਪਣੀ ਗਲਤੀ ਦਾ ਪਛਤਾਵਾ ਹੋ ਗਿਆ ਪੁੱਤ ਹੁਣ ਪੁੱਤ ਆਪਾਂ ਰਲ ਮਿਲ ਕੇ ਰਹਾਂਗੇ ਚਲੋ ਚੱਲੀ ਘਰ ਨੂੰ ਦੀਦੀ ਮੈਂ ਇਹਨੂੰ ਗਲਤ ਨਾ ਸਮਝੋ ਮੈਂ ਮਜਬੂਰ ਸੀ ਚੱਲ ਭੈਣੇ ਕੋਈ ਨਹੀਂ